ਜਿਹੜੇ ਜਿਹੜੇ ਸਿੰਗਰਾਂ ਦੇ ਸਰੋਪੇ ਪਾਏ ਨੇ ਉਹਨਾਂ ਦਾ ਵੀ ਕਾਰਨ ਆ ਵੀ ਉਹ ਸਰੋਪੇ ਪਵਾਉਣਾ ਚਾਹੁੰਦੇ ਸੀ ਮੇਰੇ ਤੋਂ। ਬਹੁਤ ਸਾਰੇ ਤੁਸੀਂ ਸਿੰਗਰ ਦੇਖੇ ਹੋਣੇ, ਆਰਟਿਸਟ ਦੇਖੇ ਹੋਣੇ, ਗਾਣੇ ਗਾ ਲਏ, ਹੋਰ ਗਾ ਲਏ ਕਿਸਾਨੀ ਤੇ, ਕੋਈ ਆਓ ਕੋਈ ਆਉਣ ਠੀਕ ਆ, ਆ ਕੇ ਆਪਦਾ ਕੰਮ ਛੱਡ ਕੇ ਲੋਕਾਂ ਲਈ ਐਵੇਂ ਧਰਨੇ ਮੁਜ਼ਾਹਰੇ ਕਰਕੇ ਦੇਖਣ। ਦੇਖੋ ਸਿੱਧੂ ਮੂਸੇਵਾਲ ਨਾਲ ਆਪਣਾ ਪ੍ਰੇਮ ਪਿਆਰ, ਉਹਦੇ ਨਾਲ ਮੇਰਾ ਗਾਣਾ ਆ ਗਿਆ, ਉਦੋਂ ਦੇ ਭਈਆ ਪੂਰੀ ਸਾਲੇ ਮੇਰੇ ਸਾਹਮਣੇ ਹੋਣ, ਮੈਂ ਤਾਂ ਗਲ ਵੜਨਾ। ਸਿੱਧੂ ਮੂਸੇਵਾਲ ਨਾਲ ਦਿਲੋਂ ਪਿਆਰ ਆ, ਬਾਕੀ ਮੈਂ ਕਿਸੇ ਦਾ ਨਾਂ ਨੀ ਲੈਂਦਾ। ਬਹੁਤ ਸਾਰੇ ਤੁਸੀਂ ਸਿੰਗਰ ਦੇਖੋ ਨਾ, ਆਰਟਿਸਟ ਦੇਖੋ ਨਾ, ਗਾਣੇ ਗਾ ਲਏ, ਹੋਰ ਗਾ ਲਏ ਕਿਸਾਨੀ ਤੇ, ਕੋਈ ਆਓ ਭੈਣ ਚੋ ਕੋਈ ਆਉਣ ਠੀਕ ਆ, ਆ ਕੇ ਆਪਦਾ ਕੰਮ ਛੱਡ ਕੇ ਲੋਕਾਂ ਲਈ ਐਵੇਂ ਧਰਨੇ ਮੁਜ਼ਾਹਰੇ ਕਰਕੇ ਦੇਖਣ। ਸਾਡੇ ਤਾਂ ਸ਼ੁਰੂ ਤੋਂ ਹੀ ਸਾਡੇ ਤਾਂ ਪਰਿਵਾਰ ਦੇ ਵਿੱਚ ਰੀਤ ਰਹੀ ਹੈ, ਮੇਰੇ ਦਾਦਾ ਦੇ ਕੋਲ ਏਡੇ ਏਡੇ ਅਹੁਦੇ ਸੀਗੇ ਸਾਲੇ, ਉਹ ਕਿਤੇ ਵੀ ਤੁਸੀਂ ਇਹ ਦਿਖਾ ਦਿਓ ਵੀ ਕਿਤੇ ਵੀ ਮੰਨ ਕੇ ਚੱਲ ਆਪਦੇ ਲਈ ਪੈਸੇ ਲਈ ਵਰਤਿਓ, ਤੁਸੀਂ ਥੱਲੇ ਕਮੈਂਟ ਮਾਰ ਦਿੰਦੇ ਹੋ ਇਹ ਸਟੰਟ ਮਾਰਦਾ ਜੀ, ਇਹ ਮਾਰਦਾ ਜੀ, ਬਕਵਾਸ ਮਾਰਦਾ, ਮੈਂ ਤੁਹਾਡੇ ਕਹਿਣ ਤੇ ਕੰਮ ਕਰਨ ਵਾਲਾ ਦਬਾਅ ਬੰਦ ਕਰਨ ਵਾਲਾ ਨਹੀਂ ਹੈਗਾ। ਜੇ ਤੁਹਾਡੇ ਕੋਈ ਦਿਲ ਚ ਵਹਿਮ ਆ, ਮੇਰਾ ਪਿੰਡ ਕੋਟ ਦੇਣਾ, ਜਦੋਂ ਮਰਜ਼ੀ ਆ ਜਾਓ, ਰੋਜ਼ ਭਰਾ 20 ਤੋਂ 30 ਜਣੇ ਰੋਜ਼ ਘਰੇ ਮਿਲਣ ਆਉਂਦੇ ਨੇਗੇ, ਸਾਰੇ ਜਿੰਨੇ ਵੀ ਭਰਾ ਮਿਲਣ ਆਉਂਦੇ, ਚੱਲ ਮੈਂ ਅੱਜ ਪਿੰਡ ਨਹੀਂ ਹੈਗਾ, ਅੱਜ ਮੈਂ ਬਾਹਰ ਹਾਂ, ਜਿੰਨੇ ਵੀ 20 ਤੋਂ 30 ਪਰ ਭਰਾ ਰੋਜ਼ ਮਿਲਣ ਆਉਂਦੇ ਨੇ, ਸਾਰਿਆਂ ਨੂੰ ਪੁੱਛਿਓ ਵੀ ਭਾਣੇ ਸਿੱਧੂ ਦੇ ਘਰੇ ਤੁਹਾਨੂੰ ਚਾਹ ਪਾਣੀ ਮਿਲਦਾ ਜਾਂ ਨਾ, ਜਦੋਂ ਘਰੇ ਆ ਕੇ ਬਹਿੰਦੇ ਹੋ ਵੀ ਤੁਹਾਨੂੰ ਚਾਹ ਪਾਣੀ ਘਰੇ ਆਇਆਂ ਨੂੰ ਮਿਲਦਾ ਜਾਂ ਨਾ, ਫਿਰ ਮੈਨੂੰ ਇਹ ਗੱਲ ਕਹਿ ਦਿਓ। ਕਿੰਨੇ ਵੀ ਭਰਾ ਮੈਨੂੰ ਘਰੇ ਮਿਲਣ ਆਉਂਦੇ ਨੇ, ਸਾਰਿਆਂ ਨੂੰ ਚਾਹ ਪਾਣੀ ਪਿਆ ਕੇ ਘਰੋਂ ਫੇਰ ਤੋਰੀਦਾ, ਠੀਕ ਹੈ, ਕਦੇ ਫੁੱਦੂ ਐਕਟਰਾਂ ਸਿੰਗਰਾਂ ਵਾਲੀ ਆ ਫੀਲਿੰਗ ਨਹੀਂ ਚੱਕੀ ਵੀ ਮੇਰੇ ਫੈਨ ਨੇ, ਮੇਰੇ ਇਹ ਨੇ, ਮੈਂ ਹਰ ਇੱਕ ਨੂੰ ਕਿਸੇ ਨੂੰ ਛੋਟਾ ਕਿਸੇ ਨੂੰ ਵੱਡਾ ਭਰਾ ਆਪਦਾ ਕਹਿ ਕੇ ਬੁਲਾਉਣਾ ਹੁੰਦਾ, ਹੈ ਨਾ, ਤੁਸੀਂ ਫਿਰ ਵੀ ਐਵੇਂ ਸਾਲਿਓ ਬਕਵਾਸ ਮਾਰਨਾ, ਤੁਸੀਂ ਇੱਕ ਵਾਰੀ ਭੈਣ ਮੈਨੂੰ ਇੱਕ ਵਾਰੀ ਸਾਲਿਓ ਆ ਕੇ ਮਿਲ ਕੇ ਤਾਂ ਦੇਖੋ ਵੀ ਹਾਂ ਬੰਦੇ 'ਚ ਆਹ ਅਸੀਂ ਕੋਈ ਮੇਰੀਆਂ ਕਮੀਆਂ ਲੈ ਕੇ ਆਓ, ਤੁਸੀਂ ਬੈਠੇ ਹੀ ਘਰੇ ਬੈਠੇ ਹੀ ਬੋਲੀ ਜਾਂਦੇ ਮੇਰੇ ਬਾਰੇ ਬਕਵਾਸ ਮਾਰੀ ਜਾਂਦੇ, ਕੋਈ ਮੇਰੀਆਂ ਕਮੀਆਂ ਲੈ ਕੇ ਆਇਓ। ਮੈਂ ਇਹ ਦਾਅਵੇ ਨਾਲ ਕਹਿਣਾ, ਮੇਰੇ ਤਾਂ 3 ਪਰਚੇ ਕਿਸਾਨੀ ਕਰਕੇ ਹੋਏ ਨੇ, 3 ਪਰਚੇ ਪੰਜਾਬ ਦੀ ਕਿਸਾਨੀ ਕਰਕੇ ਹੋਏ ਹੋਏ ਨੇਗੇ। ਐਕਟਰ ਸਿੰਗਰ ਕੋਈ ਫੁੱਦੂ ਪੜਾਕੇ ਮਾਰੀ ਜਾਂਦੇ ਨੇ, ਗਾਣੇ ਗਾਏ ਨੇ, ਜਿਸ ਨੇ ਮਰਜ਼ੀ ਗਾਏ ਨੇ, ਭਕਾਈ ਮਾਰੀ ਜਾਣੀ ਆ ਬਾਈ, ਰੇਤੇ ਜਾ ਕੇ ਮਿੱਟੀ 'ਚ ਆ ਕੇ ਧਰਨੇ 'ਤੇ ਬੈਠਣਾ ਬਹੁਤ ਔਖਾ, ਸੜਕਾਂ 'ਤੇ ਆ ਕੇ ਧਰਨੇ 'ਤੇ ਬੈਠਣਾ ਬਹੁਤ ਔਖਾ, ਹਰ ਇੱਕ ਬੰਦੇ ਦੀ ਗੱਲ ਬਸਦੀ ਨਹੀਂ ਹੈਗੀ, ਗਲੀ ਗਲੀ ਅਸੀਂ ਫੰਡ ਇਕੱਠਾ ਕਰਨਾ, ਫੰਡ ਇਕੱਠਾ ਕਰਕੇ ਫਿਰ ਫੰਡ ਦਾ ਹਿਸਾਬ ਦੇਣਾ, ਹੈ ਨਾ, ਇਕੱਲੇ ਇਕੱਲੇ ਦੇ ਵਿੱਚ ਹਰ ਇੱਕ ਬੰਦੇ ਦੇ ਬਸ ਦਾ ਰੋਗ ਨਹੀਂ ਹੈਗਾ, ਪੰਜਾਬ ਦੀ ਕਿਸਾਨੀ ਲਈ ਹਰ ਇੱਕ ਬਕਵਾਸ ਮਾਰੀ ਜਾਂਦੇ ਨੇ, ਸਿੰਗਰ ਇਕੱਠੇ ਹੋਏ ਹੋਏ 2-4 ਨੇ ਪੋਸਟਾਂ ਪਾਈਆਂ ਨੇ, ਮੈਂ ਉਹਨਾਂ ਨੂੰ ਸਿੰਗਰਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਜਿਨ੍ਹਾਂ ਨੇ ਪੋਸਟਾਂ ਪਾਈਆਂ, ਪੋਸਟਾਂ ਪਾਉਣ ਨਾਲ ਜਾਂ ਗਾਣੇ ਗਾਉਣ ਨਾਲ ਕੁਛ ਨਹੀਂ ਹੋਣਾ, ਆਓ ਆ ਕੇ ਪੰਜਾਬ ਦੇ ਜਿਹੜਾ ਇਹ ਪੰਜਾਬ ਦਾ ਸਿਲਸਿਲਾ ਚੱਲਿਆ, ਧਰਨੇ 'ਤੇ ਬੈਠੋ। ਸਿੱਧੂ ਮੂਸੇਵਾਲ ਨਾਲ ਆਪਣਾ ਪ੍ਰੇਮ ਪਿਆਰ, ਉਹਦੇ ਨਾਲ ਮੇਰਾ ਗਾਣਾ ਆ ਗਿਆ, ਉਦੋਂ ਦੀ ਮੱਚੀ ਪਈ ਆ, ਪੂਰੀ ਪੂਰੀ ਮੱਚੀ ਪਈ ਆ ਯਾਰ, ਮੈਨੂੰ ਯਾਰ ਕਿਸੇ ਬੰਦੇ ਨੇ ਕਿਸੇ ਮੁਕਾਮ ਤੇ ਲਿਆਏ ਖੜਾਇਆ, ਮੈਂ ਉਹਨਾਂ ਕੰਮ ਕਰਿਆ, ਮੈਨੂੰ ਲੋਕਾਂ ਸਾਹਮਣੇ ਪ੍ਰਮੋਟ ਕਰਿਆ, ਤੁਹਾਡੀ ਮੈਂ ਉਹ ਕੰਮ ਆ ਯਾਰ, ਉਹ ਇੱਕ ਕੰਮ ਕਰਿਆ, ਠੀਕ ਹੈ, ਇਸ ਤੋਂ ਬਾਅਦ ਦੂਜਾ ਕੰਮ ਕੀ ਆ, ਦੂਜਾ ਕੰਮ ਮੈਂ ਲੋਕਾਂ ਦੀ ਤੁਹਾਡੀ, ਤੁਸੀਂ ਮੈਨੂੰ ਕੋਈ ਵੀ ਬੰਦਾ ਆ ਕੇ ਕਹਿ ਦੇ, ਹੈ ਨਾ ਵੀ ਭਾਈ ਭਾਨੇ, ਚਾਹੇ ਮੇਰਾ ਦੁਸ਼ਮਣ ਆ ਕੇ ਕਹਿ ਦੇ ਵੀ ਭਾਨੇ ਆਹ ਮੇਰਾ ਕੰਮ ਆ, ਇਹ ਤੂੰ ਕਰ ਸਕਦਾ, ਹਾਂ ਮੇਰੇ ਉਹ ਲਾਈਕ ਆ, ਕੋਈ ਸਟੋਰੀ ਪਾਈ ਆ ਕਿਸੇ ਦੀ, ਹੈ ਨਾ, ਮੰਨ ਕੇ ਚੱਲ ਕਿਸੇ ਦਾ ਗਰੀਬ ਦਾ ਇਲਾਜ ਆ, ਮੈਂ ਫੁੱਦੂ ਕੰਮ ਵਾਲੀਆਂ ਸਟੋਰੀਆਂ ਨਹੀਂ ਪਾਉਂਦਾ, ਮੈਂ ਨਹੀਂ ਕਿਸੇ ਦੇ ਗੀਤਾਂ 'ਤੇ ਜਾ ਕੇ ਦੀ ਵੀ ਆਹ ਭਾਨੇ ਆਹ ਕੰਮ ਜ਼ਰੂਰੀ ਆ, ਤੂੰ ਇਹ ਕਰ ਸਕਦਾ, ਮੈਂ ਉਸੇ ਵੇਲੇ ਅੱਧੇ ਬੋਲ ਕਹੂੰਗਾ, ਹਾਂ ਬਾਈ ਮੈਂ ਕਰਦਾ, ਮੈਂ ਉਸੇ ਅੱਧੇ ਬੋਲ ਹੀ ਕਹੂੰਗਾ। ਤੁਸੀਂ ਕਿਸੇ ਆਰਟਿਸਟ ਸਿੰਗਰ ਕੋਲੇ ਵਗ ਜਾਓ, ਤੁਹਾਡਾ ਫੁੱਦੂ ਕੰਮ ਕੋਈ ਨਹੀਂ ਕਰਦਾ, ਆਹ ਫੁੱਦੂ ਬੰਦੇ ਐਡੇ ਨੇ, ਤੁਹਾਡਾ ਕੋਈ ਨਹੀਂ ਕੰਮ ਕਰਦਾ, ਤੁਹਾਡਾ ਭਾਨਾ ਸਿੱਧੂ ਕਰਕੇ ਦਿਖਾਊਗਾ ਵੀ ਹਾਂ ਆਹ ਭਾਨਾ ਕਰਨ ਵਾਲਾ। ਤੁਸੀਂ ਕਿਉਂ ਐਵੇਂ ਬਾਈ ਬਣ ਕੇ ਗਾਣਾ ਮਚਾਉਣੇ ਹੁੰਦੇ ਹੋ, ਇਹ ਗੱਲਾਂ ਦਾ ਕੋਈ ਫਾਇਦਾ? ਬੰਦੇ ਦੀ ਸੋਚ ਨੂੰ ਸਮਝੋ, ਬੰਦਾ ਕਹਿਣਾ ਕੀ ਚਾਹੁੰਦਾ ਉਹਨੂੰ ਸਮਝੋ, ਇਹ ਗੱਲਾਂ ਸਮਝਣ ਦੀਆਂ ਨੇਗੀਆਂ, ਹੈ ਨਾ। ਮੈਂ ਇਹ ਗੱਲ ਦੱਸਣਾ ਚਾਹੁੰਦਾ ਸੀਗਾ ਮੇਰੇ ਭਰਾਵਾਂ ਨੂੰ, ਬਾਈ ਬਣ ਕੇ ਜਿੰਨੇ ਵੀ ਤੁਸੀਂ ਮੇਰੇ ਦੁਸ਼ਮਣ ਹੋ, ਜਿੰਨੇ ਵੀ ਮੇਰੇ ਤੁਸੀਂ ਘਬਰਾਹਟ ਦਿਲ 'ਚ ਪਾਲੀ ਬੈਠੇ ਮੇਰੇ ਪ੍ਰਤੀ, ਬਾਈ ਬਣ ਕੇ ਹੁਣ ਵੀ ਮੇਰੇ ਨਾਲ ਪੰਗੇ ਨਾ ਲਿਆ ਕਰੋ, ਵੀਰ ਬਣ ਕੇ ਤੁਸੀਂ ਮੇਰੇ ਭਰਾ ਹੋ, ਠੀਕ ਹੈ, ਮੈਂ ਕਿਸੇ ਨਾਲ ਮੇਰੀ ਨਿੱਜੀ ਰੰਜਿਸ਼ ਨਹੀਂ ਹੈਗੀ। ਜੇ ਕਿਸੇ ਫਿਰ ਵੀ ਨਿੱਜੀ ਰੰਜਿਸ਼ ਆ, ਕਿਸੇ ਦਿਮਾਗ 'ਚ ਕੋਈ ਮੇਰੇ ਨਾਲ ਬਹਿ ਕੇ ਆ ਕੇ ਗੱਲਬਾਤ ਕਰੇ ਵੀ ਭਾਨੇ ਤੇਰੇ 'ਚ ਇੱਥੇ ਕਸੂਰਵਾਰ ਆ, ਤੂੰ ਇੱਥੇ ਦੇਣਦਾਰ ਆ, ਕਿਸੇ ਵੀ ਤਰ੍ਹਾਂ ਦਾ, ਮੈਂ ਉੱਥੇ ਲਾਈਵ ਹੋਊਂਗਾ, ਹੈ ਨਾ, ਵੀ ਬਈ ਆਹ ਬੰਦਾ ਮੇਰੇ ਪ੍ਰਤੀ ਗੱਲ ਕਹਿ ਰਿਹਾ, ਇਹਦਾ ਮੈਂ ਆਹ ਜਵਾਬ ਦੇ ਰਿਹਾ। ਮੈਂ ਆਪਦੇ ਇੰਸਟਾਗ੍ਰਾਮ, ਫੇਸਬੁੱਕ 'ਤੇ ਮੈਨੂੰ ਇੰਨੇ ਕੁ ਜ਼ਿਆਦਾ ਦੇਖਦੇ ਨੇ, ਫੇਸਬੁੱਕ ਮੇਰਾ ਪੇਜ ਵੱਡਾ ਪੇਜ ਹੋ ਚੁੱਕਿਆ ਹੁਣ ਤੁਹਾਡੇ ਪਿਆਰ ਨਾਲ, ਹੈ ਨਾ, ਉੱਥੇ ਇੰਨੇ ਕੁ, ਉੱਥੇ ਹੀ ਮੈਂ ਲਾਈਵ ਹੋ ਜੂੰਗਾ ਵੀ ਦੱਸੋ ਮੇਰੇ 'ਚ ਕਿੱਥੇ ਹੋਊਗਾ। ਯਾਰ ਸਿੱਧੂ ਮੂਸੇਵਾਲ ਨੇ ਯਾਰ ਮੈਂ ਕਿਉਂ ਯਾਰ ਮੇਰਾ ਭਰਾ, ਮੈਂ ਕਿਵੇਂ, ਚੱਲ ਠੀਕ ਆ ਅੱਜ ਉਹਦੇ ਨਾਲ ਕੰਮ ਕਰਦਾ, ਕੱਲ੍ਹ ਨੂੰ ਉਹ ਨਹੀਂ ਹੋਇਆ, ਪਰ ਮੈਂ ਕਿਸੇ ਬੰਦੇ ਨੂੰ ਜਿਹੜੇ ਨੂੰ ਮੈਂ ਟਾਈਮ ਲੰਘ ਗਿਆ ਬੁਰਾ, ਉਹਨੂੰ ਮੈਂ ਮਾੜਾ ਨਹੀਂ ਕਹਿਣਾ ਹੁੰਦਾ, ਠੀਕ ਹੈ। ਸਿੱਧੂ ਮੂਸੇਵਾਲਾ ਮੈਨੂੰ ਵਿਚਾਰਾ ਮੇਰਾ ਕੰਮ ਦੇ ਰਿਹਾ ਮੈਨੂੰ, ਮੈਂ ਉਹਨੂੰ ਕਿਵੇਂ ਮਾੜਾ ਕਹਿ ਦੂੰ, ਉਹਦੇ ਜ਼ਰੀਏ ਮੇਰਾ ਰੁਜ਼ਗਾਰ ਚੱਲ ਰਿਹਾ, ਠੀਕ ਆ, ਮੈਂ ਹੋਰ ਕਿਹੜਾ ਕਿਸੇ ਨੂੰ ਮਾੜਾ ਕਹਿਣਾ। ਜੇ ਕੋਈ ਕਈਆਂ, ਮੈਂ 2-3 ਆਰਟਿਸਟਾਂ ਦੇ ਮੈਂ ਹਾਰ ਸਰੋਪੇ ਪਾਏ ਨੇਗੇ, ਕਈਆਂ ਸਿੰਗਰਾਂ ਦੇ ਮੈਂ ਸਰੋਪੇ ਪਾਏ ਨੇ, ਮੈਂ ਨਹੀਂ ਝੂਠ ਬੋਲਦਾ, ਮੈਂ ਪਾਏ ਨੇ, ਉਹਨਾਂ ਦੇ ਵੀ ਕਿਸੇ ਨਾ ਕਿਸੇ ਕਾਰਨ ਤੋਂ ਮੈਂ ਸਰੋਪੇ ਪਾਏ ਨੇ, ਕੋਈ ਨਾ ਕੋਈ ਕਾਰਨ ਆ ਉਹਨਾਂ ਦੇ ਵੀ ਸਰੋਪੇ ਪਾਉਣ ਦਾ, ਉਹਨਾਂ ਦੇ ਵਿਰੁੱਧ ਬੋਲਣ ਦਾ ਵੀ, ਉਹ ਸਿੰਗਰਾਂ ਦੇ ਸਰੋਪੇ ਪਾਉਣ ਦਾ ਕੋਈ ਨਾ ਕੋਈ ਕਾਰਨ ਆ, ਠੀਕ ਹੈ। ਜਿਹੜੇ ਜਿਹੜੇ ਸਿੰਗਰਾਂ
ਕਿਸੇ ਵੀ ਬੰਦੇ ਦੇ ਦਿਲ ਚ ਵਹਿਮ ਹੋਵੇ, ਇਹ ਕਿਸੇ ਦੇ ਦਿਲ ਚ ਘਬਰਾਹਟ ਹੋਵੇ ਵੀ ਭਾਨਾ ਸਿੱਧੂ ਪਤਾ ਨੀ ਸਾਡੇ ਡਰਦਾ, ਕਮੈਂਟ ਦਾ ਰਿਪਲਾਈ ਨੀ ਕਰਦਾ, ਫੋਨ ਦਾ ਮੇਰੇ ਕੋਲ ਇੰਨਾ ਟਾਈਮ ਨਹੀਂ ਹੁੰਦਾ, ਮੈਂ ਆਪਦੇ ਕੰਮਾਂ ਚ ਬਿਜ਼ੀ ਹੁੰਦਾ, ਤੁਸੀਂ ਮੇਰੇ ਸਾਰੇ ਭਰਾ ਹੋ, ਜੇ ਫਿਰ ਵੀ ਕੋਈ ਅੜੇ ਸੋ ਝੜੇ, ਤੁਹਾਨੂੰ ਸਭ ਨੂੰ ਪਤਾ ਜਿਹੜਾ ਸਾਡੇ ਨਾਲ ਅੜੂਗਾ ਤਾਂ ਝੜੂਗਾ ਹੀ, ਠੀਕ ਹੈ। ਇਹ ਗੱਲ ਮੈਂ ਤੈਨੂੰ ਗੱਲ ਦਾਅਵੇ ਨਾਲ ਕਹਿ ਦੇਣਾ, ਕਿਸੇ ਨਾਲ ਕੋਈ ਦਿਲ ਚ ਮੈਂ ਦੁਬਾਰੇ ਫੇਰੇ ਗੱਲ ਕਹਿਣਾ ਚਾਹੁੰਦਾ, ਮੇਰੇ ਪਿੰਡ ਕੋਟ ਦਿਨਾ, ਸਭ ਨੂੰ ਪਤਾ ਵੀ ਭਾਂਡੇ ਸਿੱਧੂ ਦਾ ਪਿੰਡ ਕੋਟ ਦਿਨਾ, ਜ਼ਿਆਦਾਤਰ ਮੈਂ ਪਿੰਡ ਹੁੰਦਾ, ਕਦੇ ਕਦੇ ਮੈਂ ਬਾਹਰ ਹੁੰਦਾ, ਅੱਜ ਮੈਂ ਬਾਹਰ ਹਾਂ ਜਿਵੇਂ ਹਨਾ, ਤੇ ਜ਼ਿਆਦਾਤਰ ਮੈਂ ਪਿੰਡ ਹੁੰਦਾ, ਪਿੰਡ ਆ ਕੇ ਜਦੋਂ ਮਰਜ਼ੀ ਮੇਰੇ ਘਰੇ ਆ ਜਾਓ, ਬੱਸ ਸਟੈਂਡ ਕੋਲੇ ਆ ਕੇ ਪੁੱਛ ਤਾਂ ਭਾਨਾ ਸਿੱਧੂ ਉਹਦਾ ਘਰ ਕਿੱਥੇ ਆ, ਤੁਹਾਨੂੰ ਘਰ ਆਪ ਹੀ ਪਤਾ ਲੱਗ ਜੂ, ਆਪ ਹੀ ਤੁਹਾਨੂੰ ਦੱਸ ਦੇਣਗੇ ਵੀ ਇੱਧਰ ਉਹਦਾ ਘਰ ਆ ਪਿੰਡ 'ਚ, ਉੱਥੇ ਵਗ ਜਾਓ ਬਾਈ, ਘਰੇ ਹੀ ਹੋਊਗਾ, ਠੀਕ ਹੈ। ਕਈ ਵਾਰੀ ਬਾਹਰ ਹੁੰਦਾ, ਉਹਦੇ ਲਈ ਮੈਂ ਮਾਫ਼ੀ ਮੰਗਦਾ ਹੁੰਦਾ ਵੀ ਸ਼ੂਟਿੰਗ ਵੀਡੀਓ ਕਈ ਲਈ ਕੰਮ ਲਈ ਰਿਲੇਟਡ ਬਾਹਰ ਜਾ, ਲਾਈਵ ਨਾ ਖਰਾਬ ਹੋ ਗਿਆ ਸੀਗਾ, ਸੋਰੀ। ਕੋਈ ਵੀ ਮਾਈ ਦਾ ਲਾਲ ਇਹ ਆ ਕੇ ਕਹਿ ਦੇਣਾ ਵੀ ਭਾਨੇ ਸਿੱਧੂ ਨੇ ਇੱਥੇ ਮਾੜਾ, ਭਾਨੇ ਸਿੱਧੂ ਦਾ ਗਲ ਵੜ ਦਿਓ ਭੈਣ ਚੋਂ, ਇਹੋ ਜਿਹਾ ਬੰਦਾ ਭਾਨਾ ਸਿੱਧੂ, ਤੁਸੀਂ ਭੈਣ ਚੋਂ ਗਲਤ ਅੰਦਾਜ਼ਾ ਕਿਵੇਂ ਲਾ ਰਹੇ ਹੋ ਇੱਕ ਬੰਦੇ ਬਾਰੇ। ਤੇ ਹੁਣ ਮੈਂ ਕੱਟਦਾ ਤੇ ਲਾਈਵ, ਠੀਕ ਹੈ, ਬਸ ਆਹ ਹੀ ਮੈਂ ਗੱਲਾਂ ਕਰਨੀਆਂ ਸੀਗੀਆਂ, ਬਾਕੀ ਮੈਨੂੰ ਪਤਾ ਵੀ ਗੱਲ ਕਲੀਅਰ ਨਹੀਂ ਹੋਈ, ਮੈਂ ਇਹ ਗੱਲ ਕੱਲ੍ਹ ਨੂੰ ਦਿਨ 'ਚ ਕਲੀਅਰ ਕਰੂੰ ਸਮਾਨ, ਠੀਕ ਹੈ, ਠੀਕ ਹੈ ਬਾਈ, ਓਕੇ।